ਵਿਆਹ ਵਾਲੇ ਦਿਨ ਹੀ ਲਾੜਾ ਘਰੋਂ ਗਾਇਬ ਹੋ ਗਿਆ ਤੇ ਲਾੜੀ ਦੇ ਚਾਹ ਸਾਰੇ ਦੇ ਧਰੇ ਦੇ ਧਰੇ ਹੀ ਰਹਿ ਗਏ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਪਹਿਲਾਂ ਤਾਂ ਡੇਢ ਸਾਲ ਤੱਕ ਲੜਕਾ ਲੜਕੀ ਦੇ ਨਾਲ ਸੰਬੰਧ ਬਣਾਉਂਦਾ ਰਿਹਾ, ਪਰ ਜਦੋਂ ਲੜਕੀ ਦੇ ਵੱਲੋਂ ਵਿਆਹ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਉਸਨੇ ਸ਼ਰੇਆਮ ਨਾ ਕਰ ਦਿੱਤੀ। ਹਾਲਾਂਕਿ ਲੜਕੀ ਜਦੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਤੋਂ ਬਾਅਦ ਲੜਕਾ ਵਿਆਹ ਦੇ ਲਈ ਰਾਜ਼ੀ ਹੋ ਜਾਂਦਾ, ਭਰੀ ਪੰਚਾਇਤ ਦੇ ਵਿੱਚ ਵਿਆਹ ਦਾ ਫੈਸਲਾ ਕੀਤਾ ਜਾਂਦਾ। ਪਰ ਕਿਹਾ ਜਾ ਰਿਹਾ ਕਿ ਜਦੋਂ ਵਿਆਹ ਦਾ ਦਿਨ ਆਇਆ ਤਾਂ ਲਾੜਾ ਘਰੋਂ ਫਰਾਰ ਹੋ ਗਿਆ। ਲੜਕੀ ਦੇ ਘਰ ਦੇ ਵਿੱਚ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਅਤੇ ਹੁਣ ਲਾੜੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਲੜਕਾ ਅਤੇ ਲੜਕੀ ਪਹਿਲਾਂ ਡੇਢ ਸਾਲ ਰਿਲੇਸ਼ਨ ਦੇ ਵਿੱਚ ਰਹੇ, ਜਿਸ ਤੋਂ ਬਾਅਦ ਜਦੋਂ ਲੜਕੀ ਨੇ ਲੜਕੇ ਨੂੰ ਵਿਆਹ ਦੇ ਲਈ ਕਿਹਾ ਤਾਂ ਲੜਕੇ ਨੇ ਪਹਿਲਾਂ ਤਾਂ ਸਾਫ਼ ਮਨਾ ਕਰ ਦਿੱਤਾ। ਦੱਸ ਦਈਏ ਕਿ ਕਿਹਾ ਜਾ ਰਿਹਾ ਕਿ ਲੜਕੇ ਨੇ ਲੜਕੀ ਦੇ ਨਾਲ ਸੰਬੰਧ ਵੀ ਬਣਾਏ, ਪਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਲੜਕੀ ਖੁਦਕੁਸ਼ੀ ਕਰਨ ਲੱਗੀ ਤਾਂ ਲੜਕਾ ਵਿਆਹ ਦੇ ਲਈ ਰਾਜ਼ੀ ਹੋ ਜਾਂਦਾ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਜਾਂਦੀਆਂ ਨੇ, ਲੜਕੀ ਜੋ ਹੈ ਉਹ ਵੀ ਸੱਜ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਵਿਆਹ ਵਾਲੇ ਦਿਨ ਹੀ ਲਾੜਾ ਘਰੋਂ ਗਾਇਬ ਹੋ ਗਿਆ ਅਤੇ ਹੁਣ ਉਸਦੀ ਤਲਾਸ਼ ਕੀਤੀ ਜਾ ਰਹੀ ਹੈ। ਮੇਰਾ ਕਿਸੇ ਮਤਲਬ ਵੀ ਮੇਰਾ ਬੋਏਫ੍ਰੈਂਡ ਸੀਗਾ, ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ ਡੇਢ ਸਾਲ। ਉਸ ਤੋਂ ਬਾਅਦ ਉਹਨਾਂ ਨੇ ਮੰਮਾ ਘਰ ਗਏ ਸੀ ਅਤੇ ਉਹਨਾਂ ਨੇ ਨਾਂਹ ਕਰ ਦਿੱਤੀ ਸੀ ਵਿਆਹ ਲਈ, ਅਤੇ ਫਿਰ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ 'ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਏਗਾ, ਫਿਰ ਮੁੱਕਰਿਆ, ਫਿਰ ਅਸੀਂ ਦਰਖਾਸ਼ ਦਿੱਤੀ ਅਤੇ ਹੁਣ ਫਿਰ ਸਾਰੇ ਮਤਲਬ ਕਿ ਪੰਚਾਇਤ 'ਚ ਹਾਂ ਕਰ ਦਿੰਦਾ ਹੈ ਅਤੇ ਬਾਅਦ ਵਿੱਚ ਉਹਨਾਂ ਨੇ ਚੂੜੀਆਂ ਪਵਾਈਆਂ ਅਤੇ ਫਿਰ ਵਿਆਹ ਕੱਲ੍ਹ ਸੀ ਮੇਰਾ ਅਤੇ ਕੱਲ੍ਹ ਉਹ ਭੱਜ ਗਿਆ। ਕਿੱਥੋਂ ਦਾ ਸੀ ਮੁੰਡਾ? ਮੁੰਡਾ ਮਕਬੂਲਪੁਰੇ ਦਾ ਸੀ। ਕਿੰਨੀ ਦੇਰ ਹੋ ਗਈ ਰਿਲੇਸ਼ਨ 'ਚ? ਕਿੰਨੀ ਦੇਰ ਤੋਂ? ਸਾਡਾ ਰਿਲੇਸ਼ਨ ਡੇਢ ਸਾਲ ਚੱਲਿਆ। ਡੇਢ ਸਾਲ? ਹਾਂਜੀ। ਅਤੇ ਅੱਛਾ, ਕੱਲ੍ਹ ਵਿਆਹ ਸੀ, ਸਾਰੀਆਂ ਤਿਆਰੀਆਂ ਹੋਈਆਂ ਸੀ? ਹਾਂਜੀ। ਅੱਛਾ, ਅਤੇ ਉਹ ਭੱਜ ਗਿਆ? ਹਾਂਜੀ। ਉਹਨਾਂ ਦੇ ਮਾਂ ਪਿਓ ਵੱਲੋਂ ਕੀ ਕਿਹਾ ਗਿਆ? ਉਹਨਾਂ ਦੇ ਮਾਂ ਪਿਓ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ, ਉਹ ਵੀ ਸਾਰੇ ਚਲੇ ਗਏ ਹੋਏ ਨੇ। ਤੁਹਾਡੇ ਸਾਨੂੰ ਸਾਰਿਆਂ ਦੀ ਚਾਹਤ ਹੋਈ? ਹਾਂਜੀ। ਹੁਣ ਤੁਸੀਂ ਥਾਣੇ ਹੋ, ਕੀ ਮੰਗ ਕੀ ਕਰਦੇ ਜੀ? ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ, ਉਹਨੂੰ ਜੇਲ੍ਹ ਹੋਵੇ। ਮੁੰਡੇ ਦੀ ਉਮਰ ਕਿੰਨੀ ਸੀ? 22 ਸਾਲ। ਇਹ ਇਹਨਾਂ ਦੱਸਣ ਮੁਤਾਬਕ, ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ, ਇਹਨਾਂ ਦੋਵਾਂ ਦਾ ਅਫੇਅਰ ਸੀ ਕਿਤੇ ਪਹਿਲਾਂ, ਬਾਅਦ 'ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਂਦੇ ਹਾਂ, ਅਤੇ ਮੈਰਿਜ ਦੌਰਾਨ ਹੁਣ ਮੁੰਡਾ ਭੱਜ ਚੁੱਕਾ ਘਰੋਂ, ਮੁੰਡਾ ਘਰੇ ਨਹੀਂ ਹੈਗਾ, ਅਤੇ ਇਹਨਾਂ ਦਾ ਅਸੀਂ ਦਰਖਾਸਤ ਇਹਨਾਂ ਨੂੰ ਕਹਿੰਦੇ ਅਸੀਂ ਦਿਓ ਇੱਕ, ਅਸੀਂ ਪੜਤਾਲ ਕਰਦੇ ਹਾਂ ਪ੍ਰੋਪਰ। ਅਤੇ ਲੜਕੀ ਤਾਂ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਅਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ, ਅਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ, ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ। ਸਰ, ਇਹਦਾ ਕਿੱਥੋਂ ਦਾ ਰਹਿਣ ਵਾਲਾ ਜੀ? ਲੜਕੇ ਦਾ ਨਾਮ ਮਨਦੀਪ ਸਿੰਘ ਆ, ਇੱਥੋਂ ਲੋਕਲ ਮਕਬੂਲਪੁਰ ਥਾਣੇ ਦੇ ਏਰੀਏ ਦਾ ਰਹਿਣ ਵਾਲਾ। ਅੱਛਾ, ਹਾਂਜੀ। ਅਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ, ਇਹ ਮੌਕੇ ਦੇ ਜਿਹੜਾ ਭੱਜਿਆ, ਅਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਇਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ? ਉਹਦੇ ਬਾਰੇ ਅਸੀਂ ਪੜਤਾਲ ਕਰਨਾ, ਸਾਰਾ ਪੜਤਾਲ ਕਰਾਂਗੇ, ਜੋ ਵੀ ਪੜਤਾਲ ਦੌਰਾਨ ਤੱਤ ਸਾਹਮਣੇ ਲਿਆਵਾਂਗੇ ਤਫਤੀਸ਼। ਸਰ, ਮੁੰਡਾ ਹੈ ਕਿੰਨੇ ਕੁ ਸਾਲਾਂ ਦਾ? ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25-26 ਸਾਲ ਦਾ ਮੁੰਡਾ ਵਾ, ਅਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਆ, ਦੋਵੇਂ ਮੇਜਰ ਨੇ, ਅਤੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਸੀਂ ਅਮਲ 'ਚ ਲਿਆਵਾਂਗੇ।